जी सर, सर कह जा रहे हैं कि कोई पाकिस्तानी व्यक्ति को काबू किया गया जी। सत श्री अकाल जी। लास्ट नाइट साढ़े को जी इनफॉर्मेशन आई सी BSF वालों, और मॉर्निंग उन्होंने सानू एक जो सस्पेक्टेड बंदा हैगा जी उन्होंने फड़ के साढ़े पेश किया है जी। तो अकॉर्डिंग लॉ वो जो असी मुकदमा जोड़ा वो दर्ज कर दिता है। तो नैक्सट जी फरदर इन्वैसटीगेशन वो कैरी ऑन है, जो भी अगला कोई गलबात होगी वो डेफिनेटली रिवील की जाएगी। पता लगे हुए कितने पर रहने वाला सी, कितने किमें आया सी है। हाँ, यदा पिंड जो यदि एज पर वर्बल इंटेरोगेशन से सानू पता लग गया कि फराम वाला सी का पिंड दा। तो बाकी कोई नैक्सट अजय कोई ज़्यादा गलबात जी वो बोल नहीं रहा, क्योंकि ज़्यादा उच्ची नहीं बोल रहा। कई गल्लां सस्पेक्टेड हैगियां वो असी देखते हैं फरदर इन्वैसटीगेशन की आती है। कि ना की सर इंदा नाम वाला मुकर्रम शरीफ है जी, नाम इहदा। केड़े डिस्ट्रिक्ट तो है जी, कदों क्रॉस किया जी इन्हें? यह डिस्ट्रिक्ट है जी बहावल नगर। लास्ट नाइट मतलब इवनिंग तो कह लो नाइट ही सी जी जो ये क्रॉस करने की कोशिश की थी, तो BSF ने इन्हू काबू किया जी। तो मॉर्निंग साढ़े हवाले करता जी ਕਿਹੜੀ ਚੌਕੀ ਤੋਂ ਸਰ ਇਹਨੇ ਕ੍ਰੋਸ ਕੀਤੀ? ਰੂਪਨਗਰ ਜੀ, ਰੂਪਨਗਰ। ਪਾਕਿਸਤਾਨੀ ਹੈ ਜੀ? ਹਾਂਜੀ ਹਾਂਜੀ। ਅਤੇ ਸਰ ਇਹ ਇਹਦਾ ਕੋਈ ਬਰਾਮਦ ਵੀ ਹੋਇਆ ਕਿ ਇਹਦੇ ਕੋਲ ਕੁਛ ਨਹੀਂ, ਕਿਵੇਂ ਆਇਆ ਕੁਛ ਹੈ? ਨਹੀਂ ਮਿਲਿਆ ਜੀ ਇਹਦੇ ਕੋਲੋਂ, ਇੱਦਾਂ ਹੀ ਸੀਗਾ। ਨਾ ਹੀ ਕੋਈ ਇਹਦੇ ਕੋਲ ਆਈਡੈਂਟੀ ਕਾਰਡ ਹੈ, ਨਾ ਹੀ ਕੋਈ ਹੋਰ ਕਾਗਜ਼ ਮਿਲਿਆ ਜੀ, ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਇਹ ਤੋਂ ਬਰਾਮਦ ਨਹੀਂ ਹੋਈ ਸਰ। ਇਹਨੇ ਦੱਸਿਆ ਸਰ ਇਹ ਵੀ ਪਾਕਿਸਤਾਨ ਦਾ ਰਹਿਣ ਵਾਲਾ ਆਇਆ? ਹਾਂਜੀ ਹਾਂਜੀ, ਇਹਨੇ ਆਪਣੀ ਸਾਰੀ ਜੋ ਵੀ ਹੈ ਐਡਰੈਸ ਵਗੈਰਾ ਲਿਖਾਇਆ, ਉਹ ਸਾਰਾ ਯਾਦ ਹੈ। ਦੱਸਿਆ ਨਹੀਂ ਵੀ ਕਿਵੇਂ ਆਇਆ ਜੀ, ਕੀ ਕਰਨ ਆਇਆ ਜੀ? ਨਹੀਂ ਕੁਛ ਫਰਦਰ ਅਜੇ ਕੋਈ ਇਹੋ ਜਿਹੀ ਗੱਲਬਾਤ ਨਹੀਂ ਆਈ, ਕਿਉਂਕਿ ਨੈਕਸਟ ਜੋ ਵੀ ਹੋਊਗਾ ਉਹ ਅੱਗੇ ਇੰਟਰੋਗੇਸ਼ਨ ਦਾ ਪਾਰਟ ਹੈ ਜੀ। ਸਰ ਕਿਹਾ ਜਾ ਰਿਹਾ ਕਿ ਜਿਹੜਾ ਕੋਈ ਕਹਿ ਰਹੇ ਨੇ ਕਿਸੇ ਹੀਰੋ ਨੂੰ ਮਿਲਣ ਦੇ ਲਈ ਜਿਹੜਾ ਇਹ ਇੱਧਰ ਨਿਕਲਿਆ, ਕੋਈ ਇੱਦਾਂ ਦੀ ਕੋਈ ਆਈ ਗੱਲ ਸਭ? ਨਹੀਂ ਜੀ, ਦੇਖੋ ਉਹ ਤਾਂ ਫਿਰ ਜੋ ਵੀ ਹੈ ਇੰਟਰੋਗੇਸ਼ਨ ਦੌਰਾਨ ਬੰਦਾ ਕਈ ਗੱਲਾਂ ਕਰਦਾ ਜੀ, ਕਿਉਂਕਿ ਇਕੱਲਾ ਇਹ ਮਕਸਦ ਨਹੀਂ ਹੋ ਸਕਦਾ ਕਿ ਮਤਲਬ ਫੈਂਸ ਨੂੰ ਕ੍ਰੋਸ ਕਰਨਾ, ਕੁਛ ਹੋਰ ਹੋਇਆ ਤਾਂ ਉਹ ਵਾਜਬ ਹੋ ਸਕਦਾ, ਅਤੇ ਹੀਰੋ ਨੂੰ ਮਿਲਣ ਵਾਲੀ ਗੱਲ ਜਿਹੜੀ ਹੈ ਉਹ ਅਜੇ ਵਾਜਬ ਨਹੀਂ। ਤੋ ਪਰਚਾ ਦਰਜ ਕੀਤਾ ਗਿਆ ਸਰ? ਹਾਂਜੀ, ਮੁਕੱਦਮਾ ਦਰਜ ਕਰ ਦਿੱਤਾ ਗਿਆ, 52 ਨੰਬਰ ਮੁਕੱਦਮਾ ਜਿਹੜਾ ਅਸੀਂ ਦਰਜ ਕੀਤਾ ਪਾਸਪੋਰਟ ਐਕਟ। ਸਰ ਜਿਹੜੀ ਇਹ ਇਸਨੇ ਆਪਣਾ ਪਿੰਡ ਦੱਸਿਆ, ਇਹ ਆਪਣੀ ਸਰਹੱਦ ਤੋਂ ਕਿੰਨੀ ਦੂਰੀ 'ਤੇ ਹੈ? ਕਿ ਨਾਲ ਲੱਗਦਾ ਹੈ ਕਿ ਇੱਕ ਕਾਫੀ ਦੂਰੀ 'ਤੇ ਹੈ ਜੀ? ਨਹੀਂ, ਦੂਰੀ ਹੈ ਜੀ 10-15 ਕਿਲੋਮੀਟਰ ਦੂਰ ਹੈ ਜੀ। ਮਤਲਬ ਕਿ ਸਪੈਸ਼ਲ ਜਿਹੜਾ ਇਸ ਨੂੰ ਕ੍ਰੋਸ ਕੀਤਾ ਹੈ ਉਸਨੇ, ਮਤਲਬ ਹਾਂ ਕਹਿ ਸਕਦੇ ਹਾਂ ਜੀ, ਕਹਿ ਸਕਦੇ। ਕੋਈ ਦੱਸਿਆ ਕਿੰਨੇ ਭੈਣ ਭਰਾ ਜਾਂ ਕਿੱਦਾਂ ਕਿੰਨੇ ਕੁ ਹੈ ਕੋਈ? ਨਹੀਂ, ਫੈਮਿਲੀ ਮੈਂਬਰ ਤਾਂ 4-5 ਹੈਗੇ ਆ ਜੀ। ਜ਼ਿਆਦਾ ਉੱਚੀ ਲਾਊਡ ਬੋਲਦਾ ਹੀ ਨਹੀਂ ਹੈ, ਕਈ ਗੱਲਾਂ ਅਜੇ ਪੁਰਾਣੇ ਇੰਟੈਰੋਗੇਸ਼ਨ ਪਤਾ ਲੱਗਣ। ਕੋਈ ਉੱਧਰੋਂ ਉਹਨਾਂ ਨੇ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੋਵੇ? ਨਹੀਂ ਜੀ, ਸਾਡੇ ਨਾਲ ਜੀ BSF ਨਾਲ ਕੋਈ ਸੰਪਰਕ ਹੋਇਆ ਹੋਵੇ ਤਾਂ ਗੱਲ ਅਲੱਗ ਹੈ, ਸਾਡੇ ਨਾਲ ਕੋਈ ਮੈਸੇਜ ਲਗਾਇਆ ਗਿਆ ਉਹਨਾਂ ਨੂੰ ਪਾਕਿਸਤਾਨ ਰੇਂਜਰਾਂ ਨੂੰ? ਨਹੀਂ, ਫਿਲਹਾਲ ਨਹੀਂ ਮਿਲਿਆ।